पनीरी इस करके तां बीजी सीगी कि एक तो आप जदों पनीरी बीजते हैं पहली जिहड़ी अपनी आप सारे किसान वीर सारे जिदा बीजते आप पहला कद्दू कर लैंदे आ फिर उस बीज नूं पंगारदे आ फिर पंज दिन बाद चार दिन बाद उहदा छट्टा दिंदे आ। इस बार असीं जिहड़ी इस विधि राहीं बीजी है तो मैं तुहानूं शॉर्ट दे विच दस दिंदा आ। सारे किसान वीर साडे तों सियाणे आ ते समझदार, उहनां नूं समझ जाणा आ। इह आपां जिद्दां पनीरी दा जिहड़ा बीज है ਉਹਨੂੰ ਆਪਾਂ ਜਿੱਦਾਂ ਕਿਸੇ ਵੀ ਦਵਾਈ ਨਾਲ ਆਪਾਂ ਸੋਧ ਲੈਂਦੇ ਹਾਂ, ਉਹਨੂੰ ਸੋਧਣ ਤੋਂ ਬਾਅਦ ਅਸੀਂ ਦਵਾਈ ਨੂੰ ਪਾ ਕੇ ਪਾਣੀ ਦੇ ਵਿੱਚ ਅਤੇ ਕਰੀਬ 24 ਘੰਟੇ ਅਸੀਂ ਪਾਣੀ ਦੇ ਵਿੱਚ ਬੀਜ ਨੂੰ ਭਿਉਂ ਕੇ ਰੱਖਿਆ ਸੀਗਾ। ਠੀਕ ਆ ਜੀ। ਉਹਦੇ ਤੋਂ ਬਾਅਦ ਆਪਾਂ ਕਿ ਬੀਜ ਨੂੰ ਤਰਪਾਲ ਦੇ ਉੱਤੇ ਕੱਢ ਲਿਆ ਜੂਗਾ। ਅੱਛਾ ਜੀ। ਅਤੇ ਉਹ ਤੋਂ ਬਾਅਦ ਜਿਹੜਾ ਆਪਣਾ ਖੇਤ ਤਿਆਰ ਕਰਨਾ ਆ ਇਹ ਆਪਾਂ ਕੋਸ਼ਿਸ਼ ਮੇਰੀ ਤਾਂ ਕੋਸ਼ਿਸ਼ ਇਹ ਸੀ ਕਿ ਮੈਂ ਰੋਣੀ ਕਰਕੇ ਕੀਤਾ ਸੀ। ਆਪਾਂ ਜਿੱਦਾਂ ਖੇਤ ਕਣਕ ਵੱਢ ਲਈ ਸੀ ਕਿ ਸੁੱਕਾ ਸੀ ਉਹਨੂੰ ਰੋਣੀ ਕਰ ਲਈ ਪਈ ਜ਼ਮੀਨ ਨੂੰ ਮੁੜ ਕੇ ਵਾਹ ਕੇ ਸੁੱਕਾ ਸੁਹਾਗਾ ਦੇ ਦਿੱਤਾ। ਠੀਕ ਹੈ ਜੀ। ਅਤੇ ਵੱਟਾਂ ਕੱਢ ਕੇ ਆਪਾਂ ਇਹਦੇ ਥੱਲੇ ਜੋ ਤੁਸੀਂ ਖਾਦਾਂ ਪਾਣੀਆਂ ਤੁਸੀਂ ਆਪਣੀ ਸੋਚ ਮੁਤਾਬਕ ਪਾ ਸਕਦੇ ਹੋ। ਠੀਕ ਹੈ ਜੀ। ਪਰ ਮੈਂ ਤਾਂ ਇਹਦੇ ਵਿੱਚ ਜੋ ਮੈਂ ਵਰਤਿਆ ਮੈਂ ਆਪਾਂ ਦੇਸੀ ਰੂੜੀ ਦੀ ਖਾਦ ਉਹ ਵਰਤੀ ਆ, ਉਹਦਾ ਛੱਟਾ ਦਿੱਤਾ। ਠੀਕ ਹੈ ਜੀ। ਹਾਂਜੀ। ਅੱਛਾ, ਇਹਨੂੰ ਬੀਜਣ ਦੇ ਵਿੱਚ ਕਿੰਨਾ ਕੁ ਟਾਈਮ ਲੱਗਦਾ, ਕਿੰਨੇ ਕੁ ਟਾਈਮ ਦੇ ਵਿੱਚ ਇਹ ਪੁੰਗਰ ਗਈ ਹੈਗੀ ਆ? ਜਿਹੜੀ ਦੂਜੀ ਪਨੀਰੀ ਆ ਉਹ ਕਿੰਨੇ ਟਾਈਮ 'ਚ ਪੁੰਗਰਦੀ ਹੈਗੀ ਆ? ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਦਿਓ। ਦੇਖੋ ਮੋਨਿਕ ਜੀ, ਜਿਹੜੀ ਦੂਜੀ ਪਨੀਰੀ ਆ ਉਹਦੇ ਬਾਰੇ ਤਾਂ ਚਲੋ ਮੈਂ ਕੀ ਗੱਲ ਕਰਨੀ ਆ, ਸਾਰੇ ਕਿਸਾਨਾਂ ਨੂੰ ਪਤਾ ਹੀ ਆ ਉਹ ਕਿੰਨਾ ਕੁ ਟਾਈਮ ਲੈਂਦੀ ਆ। ਮੈਂ ਇਸ ਵਿਸ਼ੇ 'ਤੇ ਆਪਾਂ ਅੱਜ ਬੈਠੇ ਹਾਂ ਅਤੇ ਇਸ ਵਿਸ਼ੇ ਦੀ ਗੱਲ ਕਰੂੰਗਾ। ਇਹ ਆਪਾਂ ਜਦੋਂ ਆਪਾਂ ਪਨੀਰੀ ਨੂੰ ਜੋ ਵੀ ਬੀਜ ਕੱਢਿਆ ਸੀਗਾ ਉਹਨੂੰ ਸਵਾਹ ਨੂੰ ਬਾਹਰ ਮਲਣ ਤੋਂ ਬਾਅਦ ਆਪਾਂ ਜਦੋਂ ਖੇਤ 'ਚ ਆ ਜਾਂਦੇ ਹਾਂ, ਆਪਾਂ ਖੇਤ ਤਿਆਰ ਕਰ ਲੈਣਾ, ਵੱਟਾਂ ਕੱਢ ਦੇਣੀਆਂ ਉਹਦੀਆਂ ਅਤੇ ਉਹਨੂੰ ਸੁਹਾਗਾ ਮਾਰ ਦੇਣਾ, ਕਹਿਰਾ ਜਾਂ ਦੂਰਾ। ਠੀਕ ਹੈ। ਦੂਰਾ ਸੁਹਾਗਾ ਲਾਉਣ ਤੋਂ ਬਾਅਦ ਜਿਹੜੀਆਂ ਖਾਦਾਂ ਪਾਉਣੀਆਂ ਉਹ ਪਾ ਦੇਣੀਆਂ। ਖਾਦਾਂ ਪਾਉਣ ਤੋਂ ਬਾਅਦ ਬੀਜ ਦਾ ਛੱਟਾ ਦੇ ਕੇ ਆਪਾਂ ਜਿਹੜੀ ਤੰਗਲੀ ਹੁੰਦੀ ਹੈ ਤੂੜੀ ਚੱਕਣ ਵਾਲੀ ਉਹਨਾਂ ਨੂੰ ਮਿਕਸ ਕਰ ਦੇਣਾ ਮਿੱਟੀ ਦੇ ਵਿੱਚ ਅਤੇ ਕੋਸ਼ਿਸ਼ ਕਰੋ ਕਿ ਜੇ ਤੁਹਾਡੇ ਕੋਲ ਸਵਾਹ ਹੋਰ ਹੈਗੀ ਆ ਉਹ ਵੀ ਪਾ ਦਿਉ ਉੱਤੇ। ਠੀਕ ਹੈ। ਜੇ ਨਹੀਂ ਹੈਗੀ ਤਾਂ ਉਹਨੂੰ ਮਿਕਸ ਕਰਨ ਤੋਂ ਬਾਅਦ ਉਹਨੂੰ ਮਿਕਸ ਕਰਨ ਤੋਂ ਬਾਅਦ ਜਿਹੜੀਆਂ ਖਾਦਾਂ ਥੱਲੇ ਪਾਉਣੀਆਂ ਪਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਰਪ੍ਰੀਤ ਸਿੰਘ ਮੁਣਕ, ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ TV। ਆਸ ਕਰਦੇ ਹਾਂ ਕਿ ਸਾਰੇ ਫਰੈਂਡ ਠੀਕ ਠਾਕ ਹੋਵੋਗੇ। ਦੋਸਤੋ, ਅੱਜ ਆਪਾਂ ਪੁੱਜੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦਾਤਾ ਦੇ ਵਿੱਚ, ਜਿੱਥੇ ਆਪਾਂ ਇੱਕ ਤੁਹਾਨੂੰ ਐਸੇ ਕਿਸਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਇੱਕ ਅਲੱਗ ਟੈਕਨੀਕ ਦੇ ਨਾਲ ਪਨੀਰੀ ਦਾ ਬੀਜ ਬੀਜਿਆ, ਔਰ ਆਪਾਂ ਉਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਕਿ ਉਹਨਾਂ ਨੇ ਕਿਸ ਟੈਕਨੀਕ ਦੇ ਨਾਲ ਪਨੀਰੀ ਨੂੰ ਬੀਜਿਆ, ਉਹ ਸਾਨੂੰ ਦੱਸਣਗੇ। ਅੱਜ ਸਾਡੇ ਨਾਲ ਮੌਜੂਦ ਆ ਪਿੰਡ ਦਾਤਾ ਦੇ ਸਾਬੀ ਦਾਤਾ ਜੀ। ਸਾਬੀ ਦਾਤਾ ਜੀ, ਤੁਹਾਡਾ ਸਾਡੇ ਪੰਜਾਬੀ ਰੰਗ TV 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਠੀਕ ਹੈ। ਅੱਛਾ ਸਾਬੀ ਜੀ, ਆਪਾਂ ਤੁਹਾਨੂੰ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਹੈਗਾ, ਸੋਸ਼ਲ ਮੀਡੀਆ ਤੋਂ ਸਾਨੂੰ ਪਤਾ ਲੱਗਿਆ ਸੀਗਾ ਕਿ ਤੁਸੀਂ ਇੱਕ ਅਲੱਗ ਟੈਕਨੀਕ ਦੀ ਪਨੀਰੀ ਬੀਜੀ ਹੈਗੀ ਆ, ਸਾਨੂੰ ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਦੱਸੋ ਕਿ ਆਈਡੀਆ ਤੁਹਾਡੇ ਦਿਮਾਗ ਵਿੱਚ ਕਿਵੇਂ ਆਇਆ? ਦਿਮਾਗ ਦੇ ਵਿੱਚ ਆਇਆ ਕਿ ਸਾਡੇ ਵੀਰ ਹੈ ਗੁਰਪ੍ਰੀਤ ਦੱਬੜੀ ਖਾਨਾ ਜੀ। ਅੱਛਾ ਜੀ। ਠੀਕ ਹੈ ਜੀ। ਕਿਉਂਕਿ ਮੈਂ ਕਿਸੇ ਵੀ ਗੱਲ 'ਚ ਝੂਠ ਨਹੀਂ ਬੋਲੂੰਗਾ ਕਿ ਇਹ ਮੇਰਾ ਆਪਣਾ ਨਿੱਜੀ ਤਜਰਬਾ ਆ ਜਾਂ ਮੈਂ ਇਹ ਕਰ ਰਿਹਾ, ਕਿਉਂਕਿ ਜਿਨ੍ਹਾਂ ਦੀ ਇਹ ਕਾਢ ਹੈ ਇਹ ਸਾਡੇ ਵੀਰ ਹੈ ਗੁਰਪ੍ਰੀਤ ਦੱਬੜੀ ਖਾਨਾ ਜੀ, ਉਹ ਸਾਡੇ ਰਾਬਤੇ ਦੇ ਵਿੱਚ ਆਏ ਸੀਗੇ ਅਤੇ ਉਹਨਾਂ ਨੇ ਇਸ ਬਾਰੇ ਸਾਨੂੰ ਦੱਸਿਆ ਸੀਗਾ ਅਤੇ ਉਹਦੇ ਤੋਂ ਬਾਅਦ ਅਸੀਂ ਇਹ ਪਨੀਰੀ ਬੀਜੀ ਹੈ। ਠੀਕ ਹੈ। ਇਸ ਪਨੀਰੀ ਨੂੰ ਬੀਜਣ ਦੇ ਵਿੱਚ ਤੁਹਾਡੀ ਕੀ ਵਿਧੀ ਆ, ਸਾਡੇ ਦਰਸ਼ਕ ਵੀਰਾਂ ਨੂੰ ਉਹਨਾਂ ਬਾਰੇ ਵੀ ਦੱਸਿਓ ਕਿ ਇਸ ਪਨੀਰੀ ਨੂੰ ਬੀਜਣ ਵਾਸਤੇ ਤੁਹਾਡਾ ਕੀ ਕਾਰਨ ਆ ਵੀ ਤੁਸੀਂ ਜਿੱਦਾਂ ਦੂਜੇ ਲੋਕ ਪਨੀਰੀ ਬੀਜਦੇ ਪਾਣੀ ਲਾ ਕੇ ਉਹ, ਅਤੇ ਆਹ ਜਿਹੜੀ ਤੁਸੀਂ ਬੀਜੀ ਆ ਉਹਦੇ ਵਿੱਚ, ਅਤੇ ਇਹਦੇ ਵਿੱਚ ਤੁਹਾਡਾ ਕੀ ਫਰਕ ਆ, ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਵੀ ਥੋੜ੍ਹੀ ਬਹੁਤੀ ਜਾਣਕਾਰੀ ਦਿਓ ਜੀ। ਮੋਨਕ ਜੀ, ਇਹ ਮੈਂ ਪਨੀਰੀ ਇਸ ਕਰਕੇ ਤਾਂ ਬੀਜੀ ਸੀਗੀ ਕਿ ਇੱਕ ਤਾਂ ਆਪਾਂ ਜਦੋਂ ਪਨੀਰੀ ਬੀਜਦੇ ਹਾਂ ਪਹਿਲੀ ਜਿਹੜੀ ਆਪਣੀ ਆਪਾਂ ਸਾਰੇ ਕਿਸਾਨ ਵੀਰ ਸਾਰੇ ਜਿੱਦਾਂ ਬੀਜਦੇ ਆਪਾਂ ਪਹਿਲਾਂ ਕੱਦੂ ਕਰ ਲੈਂਦੇ ਹਾਂ ਫਿਰ ਉਹ 'ਚ ਬੀਜ ਨੂੰ ਪੰਗਾਰਦੇ ਹਾਂ ਫਿਰ ਪੰਜ ਦਿਨ ਬਾਅਦ ਚਾਰ ਦਿਨ ਬਾਅਦ ਉਹਦਾ ਛੱਟਾ ਦਿੰਦੇ ਹਾਂ। ਇਸ ਵਾਰ ਅਸੀਂ ਜਿਹੜੀ ਇਸ ਵਿਧੀ ਰਾਹੀਂ ਬੀਜੀ ਹੈ ਅਤੇ ਮੈਂ ਤੁਹਾਨੂੰ ਸ਼ੋਰਟ ਦੇ ਵਿੱਚ ਦੱਸ ਦਿੰਦਾ ਹਾਂ, ਸਾਰੇ ਕਿਸਾਨ ਵੀਰ ਸਾਡੇ ਤੋਂ ਸਿਆਣੇ ਆ ਅਤੇ ਸਮਝਦਾਰ, ਉਹਨਾਂ ਨੂੰ ਸਮਝ ਜਾਣਾ ਆ। ਇਹ ਆਪਾਂ ਜਿੱਦਾਂ ਪਨੀਰੀ ਦਾ ਜਿਹੜਾ ਬੀਜ ਹੈ ਉਹਨੂੰ ਆਪਾਂ ਜਿੱਦਾਂ ਕਿਸੇ ਵੀ ਦਵਾਈ ਨਾਲ ਆਪਾਂ ਸੋਧ ਲੈਂਦੇ ਹਾਂ, ਉਹਨੂੰ ਸੋਧਣ ਤੋਂ ਬਾਅਦ ਅਸੀਂ ਦਵਾਈ ਨੂੰ ਪਾ ਕੇ ਪਾਣੀ ਦੇ ਵਿੱਚ ਅਤੇ ਕਰੀਬ 24 ਘੰਟੇ ਅਸੀਂ ਪਾਣੀ ਦੇ ਵਿੱਚ ਬੀਜ ਨੂੰ ਭਿਉਂ ਕੇ ਰੱਖਿਆ ਸੀਗਾ। ਠੀਕ ਹੈ ਜੀ। ਉਹਦੇ ਤੋਂ ਬਾਅਦ ਆਪਾਂ ਕਿ ਬੀਜ ਨੂੰ ਤਰਪਾਲ ਦੇ ਉੱਤੇ ਕੱਢ ਲਿਆ। ਠੀਕ। ਤਰਪਾਲ 'ਤੇ ਕੱਢਣ ਤੋਂ ਬਾਅਦ ਜਿਹੜਾ ਪਾਣੀ ਸੀਗਾ ਹੌਲੀ ਹੌਲੀ ਉਹ ਨਿੱਤਰ ਜਾਂਦਾ ਹੈ ਕਿ ਬੀਜ ਦਾ ਜਿਹੜਾ ਪਾਣੀ ਨਿਕਲ ਜਾਂਦਾ। ਠੀਕ ਹੈ। ਸੁੱਕ ਜਾਂਦੀ ਹੈ ਅਤੇ ਉਹਦੇ 'ਚ ਬਾਅਦ ਕਿ ਜਦੋਂ ਆਪਾਂ ਛੱਟਾ ਦੇਣਾ ਉਹਦਾ
ਅਤੇ ਉਹ ਥੋੜ੍ਹਾ ਛੱਟਾ ਸਾਨੂੰ ਸੌਖਾ ਆ ਜਾਵੇ, ਆਪਾਂ ਨੂੰ ਕਰੀਬ 2.5-3 ਕਿਲੋ ਬੀਜ ਦੇ ਪਿੱਛੇ, ਕਿਲੋ ਕੁ ਸਵਾਹ ਜਾਂ 2-4 ਕਿਲੋ ਬੀਜ ਦੇ ਪਿੱਛੇ, ਕਿਲੋ ਕੁ ਸਵਾਹ ਜਿਹੜੀ ਆਪਣੀ ਰਾਖ, ਆਪਾਂ ਨੂੰ ਪਾਥੀਆਂ ਦੀ ਸਵਾਹ ਹੁੰਦੀ ਆਪਣੇ ਘਰਾਂ 'ਚ, ਉਹਦੇ ਨਾਲ ਆਪਾਂ ਨੂੰ ਮਿਕਸ ਕਰ ਲੈਣਾ, ਉਹਨਾਂ ਬੀਜ ਥੋੜ੍ਹਾ ਅੱਠਰ ਜਾਊਗਾ। ਅੱਛਾ ਜੀ। ਅਤੇ ਉਹ ਤੋਂ ਬਾਅਦ ਜਿਹੜਾ ਆਪਣਾ ਖੇਤ ਤਿਆਰ ਕਰਨਾ ਆ, ਇਹ ਆਪਾਂ ਕੋਸ਼ਿਸ਼, ਮੇਰੀ ਤਾਂ ਕੋਸ਼ਿਸ਼ ਇਹ ਸੀ ਕਿ ਮੈਂ ਰੋਣੀ ਕਰਕੇ ਕੀਤਾ ਸੀ, ਆਪਾਂ ਜਿੱਦਾਂ ਖੇਤ ਕਣਕ ਵੱਢ ਲਈ ਸੀ, ਖੇਤ ਸੁੱਕਾ ਸੀ, ਉਹਨੂੰ ਰੋਣੀ ਕਰ ਲਈ ਪਈ ਜ਼ਮੀਨ ਨੂੰ, ਮੁੜ ਕੇ ਵਾਹ ਕੇ ਸੁੱਕਾ ਸੁਹਾਗਾ ਦੇ ਦਿੱਤਾ। ਠੀਕ ਹੈ ਜੀ। ਅਤੇ ਵੱਟਾਂ ਕੱਢ ਕੇ ਆਪਾਂ ਇਹਦੇ ਥੱਲੇ ਜੋ ਤੁਸੀਂ ਖਾਦਾਂ ਪਾਉਣੀਆਂ ਤੁਸੀਂ ਆਪਣੀ ਸੋਚ ਮੁਤਾਬਕ ਪਾ ਸਕਦੇ ਹੋ। ਠੀਕ ਹੈ ਜੀ। ਪਰ ਮੈਂ ਤਾਂ ਇਹਦੇ ਵਿੱਚ ਜੋ ਮੈਂ ਵਰਤਿਆ, ਮੈਂ ਆਪਾਂ ਦੇਸੀ ਰੂੜੀ ਦੀ ਖਾਦ ਉਹ ਵਰਤੀ, ਉਹਦਾ ਛੱਟਾ ਦਿੱਤਾ। ਠੀਕ ਹੈ ਜੀ। ਹਾਂਜੀ। ਅੱਛਾ, ਇਹਨੂੰ ਬੀਜਣ ਦੇ ਵਿੱਚ ਕਿੰਨਾ ਕੁ ਟਾਈਮ ਲੱਗਦਾ, ਕਿੰਨੇ ਕੁ ਟਾਈਮ ਦੇ ਵਿੱਚ ਇਹ ਪੁੰਗਰ ਗਈ ਹੈਗੀ ਆ? ਜਿਹੜੀ ਦੂਜੀ ਪਨੀਰੀ ਆ ਉਹ ਕਿੰਨੇ ਟਾਈਮ 'ਚ ਪੁੰਗਰਦੀ ਹੈਗੀ ਆ? ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਦਿਓ। ਦੇਖੋ ਮੋਨਿਕ ਜੀ, ਜਿਹੜੀ ਦੂਜੀ ਪਨੀਰੀ ਆ ਉਹਦੇ ਬਾਰੇ ਤਾਂ ਚਲੋ ਮੈਂ ਕੀ ਗੱਲ ਕਰਨੀ ਆ, ਸਾਰੇ ਕਿਸਾਨਾਂ ਨੂੰ ਪਤਾ ਹੀ ਆ ਉਹ ਕਿੰਨਾ ਕੁ ਟਾਈਮ ਲੈਂਦੀ ਆ। ਮੈਂ ਇਸ ਵਿਸ਼ੇ 'ਤੇ ਆਪਾਂ ਅੱਜ ਬੈਠੇ ਹਾਂ ਅਤੇ ਇਸ ਵਿਸ਼ੇ ਦੀ ਗੱਲ ਕਰੂੰਗਾ। ਇਹ ਆਪਾਂ ਜਦੋਂ ਆਪਾਂ ਪਨੀਰੀ ਨੂੰ ਜੋ ਵੀ ਬੀਜ ਕੱਢਿਆ ਸੀਗਾ ਉਹਨੂੰ ਸਵਾਹ ਨੂੰ ਬਾਹਰ ਮਲਣ ਤੋਂ ਬਾਅਦ ਆਪਾਂ ਜਦੋਂ ਖੇਤ 'ਚ ਆ ਜਾਂਦੇ ਹਾਂ, ਆਪਾਂ ਖੇਤ ਤਿਆਰ ਕਰ ਲੈਣਾ, ਵੱਟਾਂ ਕੱਢ ਦੇਣੀਆਂ ਉਹਦੀਆਂ ਅਤੇ ਉਹਨੂੰ ਸੁਹਾਗਾ ਮਾਰ ਦੇਣਾ, ਕਹਿਰਾ ਜਾਂ ਦੂਰਾ। ਠੀਕ ਹੈ। ਦੂਰਾ ਸੁਹਾਗਾ ਲਾਉਣ ਤੋਂ ਬਾਅਦ ਜਿਹੜੀਆਂ ਖਾਦਾਂ ਪਾਉਣੀਆਂ ਉਹ ਪਾ ਦੇਣੀਆਂ। ਖਾਦਾਂ ਪਾਉਣ ਤੋਂ ਬਾਅਦ ਬੀਜ ਦਾ ਛੱਟਾ ਦੇ ਕੇ ਆਪਾਂ ਜਿਹੜੀ ਤੰਗਲੀ ਹੁੰਦੀ ਆ ਤੂੜੀ ਚੱਕਣ ਵਾਲੀ, ਉਹਨਾਂ ਨੂੰ ਮਿਕਸ ਕਰ ਦੇਣਾ ਮਿੱਟੀ ਦੇ ਵਿੱਚ, ਅਤੇ ਕੋਸ਼ਿਸ਼ ਕਰੋ ਕਿ ਜੇ ਤੁਹਾਡੇ ਕੋਲ ਸਵਾਹ ਹੋਰ ਹੈਗੀ ਆ ਉਹ ਵੀ ਪਾ ਦਿਉ ਉੱਤੇ। ਠੀਕ ਹੈ। ਜੇ ਨਹੀਂ ਹੈਗੀ ਤਾਂ ਉਹਨੂੰ ਮਿਕਸ ਕਰਨ ਤੋਂ ਬਾਅਦ, ਉਹਨੂੰ ਮਿਕਸ ਕਰਨ ਤੋਂ ਬਾਅਦ ਜਿਹੜੀਆਂ ਖਾਦਾਂ ਥੱਲੇ ਪਾਉਣੀਆਂ ਪਾ ਕੇ ਉਹ ਤੁਸੀਂ ਆਪਣੇ ਮੁਤਾਬਕ ਪਾ ਸਕਦੇ ਹੋ। ਅਤੇ ਉਹਦੇ ਤੋਂ ਉੱਤੇ ਇਹਨੂੰ ਜਦੋਂ ਆਪਾਂ, ਜੇ ਪਰਾਲੀ ਹੋਵੇ ਉਹ ਸਭ ਤੋਂ ਵਧੀਆ ਆ, ਪਰ ਮੇਰੇ ਕੋਲ ਪਰਾਲੀ ਹੈ ਨਹੀਂ ਸੀਗੀ। ਆਪਾਂ ਤਾਂ ਐਵੇਂ ਕਹੀਏ ਕਿ ਕਣਕ ਦਾ ਜਿਹੜਾ ਨਾੜ ਸੀਗਾ ਆਪਾਂ ਉਹਦੇ ਨਾਲ ਹੀ ਮਲਚਿੰਗ ਕਰਤੀ ਉੱਤੋਂ। ਮਲਚਿੰਗ ਕਰਨ ਤੋਂ ਬਾਅਦ ਮੋਟਰ ਦਾ ਡਾਇਰੈਕਟ ਪਾਣੀ ਨਹੀਂ ਛੱਡਿਆ, ਥੋੜ੍ਹਾ ਜਿਹਾ ਖਾਲ 'ਚ ਪਾਣੀ ਅੱਗੇ ਨੂੰ ਜਾ ਦਿੱਤਾ, ਕੋਲ ਬਹਿ ਕੇ ਥੋੜ੍ਹਾ ਥੋੜ੍ਹਾ ਸਲੋ ਸਲੋ ਪਾਣੀ ਛੱਡ ਦਿੱਤਾ, ਅਤੇ ਜਿਹਦੇ ਨਾਲ ਸਾਡੀ ਪਰਾਲੀ ਸਾਈਡ 'ਤੇ ਨਾ ਜਾਵੇ ਅਤੇ ਬੀ ਨਾ ਜਾਵੇ। ਜਿੱਦਾਂ ਕਿ ਲੋਕ ਲਸਣ ਨੂੰ ਬੀਜਦੇ ਆ, ਲਸਣ ਬੀਜ ਕੇ ਉੱਤੇ ਪਰਾਲੀ ਜਾਂ ਕੋਈ ਖੋਰੀ ਪਾ ਦਿੰਦੇ ਹੈਗੇ ਆ, ਵਿੱਚੋਂ ਲਸਣ ਆਪਣੇ ਆਪ ਉੱਗ ਪੈਂਦਾ। ਹਾਂਜੀ ਹਾਂਜੀ, ਉਸੇ ਟੈਕਨੀਕ ਦੇ ਨਾਲ। ਹਾਂਜੀ, ਤਕਨੀਕ ਉਹੀ ਹੈ ਜੀ, ਪਰ ਇਹਦੇ 'ਚ ਇੱਕ ਗੱਲ ਇਹ ਹੈ ਕਿ ਜੇ ਤੁਸੀਂ ਜਿੱਦਾਂ ਆਪਾਂ ਪਾਣੀ ਲਾ ਦਿੱਤਾ, ਪਾਣੀ ਲਾਉਣ ਤੋਂ ਬਾਅਦ ਅਤੇ ਇਹਨੂੰ ਮੁੜ ਕੇ ਤੁਸੀਂ ਇਹ ਦਿਮਾਗ 'ਚ ਨਹੀਂ ਰੱਖਣਾ ਕਿ ਜੀ ਇਹ ਸੁੱਕ ਜੂਗੀ, ਅਸੀਂ ਡੇਲੀ ਪਾਣੀ ਲਾਉਣਾ। ਮੈਂ ਆਪਣੀ ਤਕਨੀਕ ਦੱਸਦਾ ਕਿਉਂਕਿ ਮੈਂ ਵੀ ਪਹਿਲੀ ਵਾਰੀ ਬੀਜੀ ਹੈ। ਮੈਂ ਤਾਂ ਇਹਨੂੰ ਪਹਿਲੇ ਦਿਨ ਪਾਣੀ ਲਾਇਆ ਸੀ ਅਤੇ ਦੂਜੇ ਦਿਨ ਵੀ ਪਾਣੀ ਥੋੜ੍ਹਾ ਜਿਹਾ ਲਾਇਆ, ਮੁੜ ਕੇ ਮੈਂ ਪਾਣੀ ਨਹੀਂ ਲਾਇਆ। ਠੀਕ ਹੈ ਜੀ। ਮੁੜ ਕੇ 7ਵੇਂ ਦਿਨ ਮੈਂ ਇਹਨੂੰ ਉੱਤੋਂ ਪਰਾਲੀ ਚੱਕ ਦਿੱਤੀ ਹੈ। ਦੇਖਣ ਨੂੰ ਜਿੱਦਾਂ ਦੇਖਦੇ ਸੀ ਉੱਦਣ ਤਾਂ ਕੋਈ ਕਾਫੀ ਮਾੜੀ ਮਾੜੀ ਜਨਰੇਸ਼ਨ ਹੋਈ ਸੀ, ਕਿਉਂਕਿ ਜਿਹੜੀ ਜਦੋਂ ਧੁੱਪ ਨਹੀਂ ਪੈਂਦੀ ਉਹਦੇ ਨਾਲ ਤੁਹਾਡੇ 'ਚ ਇਹਦੇ 'ਚ ਕੱਖ ਵੀ ਨਹੀਂ ਜੰਮੂਗਾ, ਜੋ ਵੀ ਨਦੀਨ ਜੰਮਦੇ ਉਹ ਵੀ ਨਹੀਂ ਜੰਮਦੇ, ਅਤੇ ਪਨੀਰੀ ਦੀ ਗਰੋਥ ਕਾਫੀ ਵਧੀਆ ਲੱਗਦੀ ਹੈ। ਠੀਕ ਹੈ। ਆਪਾਂ ਕਰੀਬ 6-7 ਦਿਨ ਆਪਾਂ ਪਰਾਲੀ ਤੋਂ ਚੱਕਤੀ ਸੀ। ਜਿੱਦਾਂ ਕਿ ਜਿੱਦਾਂ ਪਿਛਲੇ ਵਾਰ ਸੀਜ਼ਨ ਦੇ ਵਿੱਚ ਝੋਨੇ ਨੂੰ ਬਿਮਾਰੀ ਬਹੁਤ ਜ਼ਿਆਦਾ ਪਈ। ਹਾਂਜੀ। ਕੀ ਇੱਦਾਂ ਪਨੀਰੀ ਬੀਜਣ ਦੇ ਉੱਤੇ ਕੋਈ ਝੋਨੇ ਨੂੰ ਬਿਮਾਰੀ ਲੱਗਣ ਦਾ ਕੋਈ ਡਰ? ਦੇਖੋ ਮੋਨਕ ਜੀ, ਗੱਲ ਹੈਗੀ ਇੱਦਾਂ ਕਿ ਚਲੋ ਆਪਾਂ ਬਹੁਤੇ ਵੱਡੇ ਤਾਂ ਕਿਸਾਨ ਹੈ ਨਹੀਂ, ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਕੁਦਰਤ ਨਾਲ ਜੁੜ ਸਕੀਏ। ਠੀਕ ਹੈ ਜੀ। ਅਤੇ ਪਿਛਲੀ ਵਾਰ ਜੋ ਝੋਨਾ ਲਾਇਆ ਸੀ, ਮੈਂ ਵੀ ਝੋਨਾ ਲਾਇਆ ਸੀ, ਨਾਲ ਤੁਹਾਨੂੰ ਇਹ ਵੀ ਗੱਲ ਦੱਸ ਦਿੰਦੇ ਹਾਂ, ਮੈਂ ਆਪਣੇ ਏਰੀਏ 'ਚ ਵੱਟਾਂ ਵਾਲਾ ਝੋਨਾ ਮੈਂ ਲਾਇਆ ਸੀਗਾ। ਠੀਕ ਹੈ ਜੀ। ਅਤੇ ਵਰਾਇਟੀ ਸੀਗੀ PR 121। ਅੱਛਾ ਜੀ। ਅਤੇ ਸਾਰੇ ਪੰਜਾਬ ਦੇ ਵਿੱਚ ਕਾਫੀ ਬਿਮਾਰੀ ਪਈ ਹੈ, ਸਾਡੇ ਝੋਨੇ ਨੂੰ ਵੀ ਪੈ ਗਈ ਸੀਗੀ, ਅਤੇ ਫਿਰ ਵੀ ਕਰੀਬ ਜੋ ਆਪਣੀ ਐਵਰੇਜ ਜੋ ਆਉਣੀ ਸੀ ਆ ਗਈ ਸੀ। ਪਰ ਮੈਂ ਤਾਂ ਕੋਸ਼ਿਸ਼ ਕਰੂੰਗਾ ਕਿ ਤੁਸੀਂ ਬੀਜ ਨੂੰ ਸੋਧੋ। ਇੱਕ ਆਪਣਾ ਸੰਜੀਵਨੀ ਦਾ ਟ੍ਰਾਈਕੋਡਰਮਾ ਆਉਂਦਾ ਆ, ਮੈਡੀਸਨ ਆਉਂਦੀ ਆ, ਉਹ ਦੁਕਾਨਾਂ ਤੋਂ ਮਿਲ ਜਾਂਦੀ ਹੈ, ਉਹ ਕਰੀਬ 100-150 ਰੁਪਏ ਕਿਲੋ ਹੈ। ਅਤੇ ਤੁਸੀਂ 1 ਕਿਲੇ ਦਾ 2 ਕਿਲੋ ਰੂੜੀ ਵਾਲੀ ਖਾਦ 'ਚ ਮਿਕਸ ਕਰਕੇ ਉਹਦਾ ਛੱਟਾ ਦੇ ਦਿਉ, ਕਾਫੀ ਹੱਦ ਤੱਕ ਉਹ ਕੰਟਰੋਲ ਕਰੇਗੀ। ਠੀਕ ਹੈ ਜੀ। ਅੱਛਾ, ਅਤੇ ਦੂਸਰੀ ਪਨੀਰੀ ਜਦੋਂ ਆਪਾਂ ਇਹਨੂੰ ਜਦੋਂ ਆਪਾਂ ਲਾਉਂਦੇ ਹਾਂ, ਇਹਦਾ ਕੀ ਦੂਸਰੀ ਪਨੀਰੀ ਨਾਲ ਝਾੜ ਦਾ ਕੀ ਫਰਕ ਪੈਂਦਾ ਕੋਈ? ਸਾਨੂੰ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਵੀ ਜਾਣਕਾਰੀ ਦਿਓ ਕਿ ਇੱਦਾਂ ਪਨੀਰੀ ਬੀਜਣ ਦੇ ਵਿੱਚ ਕਿੰਨਾ ਝਾੜ ਨਿਕਲ ਸਕਦਾ, ਅਤੇ ਜਿਹੜੀ ਦੂਜੇ ਤਰੀਕੇ ਨਾਲ ਤੁਸੀਂ ਪਨੀਰੀ ਲਗਾਉਂਦੇ ਉਹਦੇ ਨਾਲ ਕਿੰਨਾ ਝਾੜ ਨਿਕਲ ਸਕਦਾ, ਉਹਦੇ ਬਾਰੇ ਕੁਛ ਸਾਡੇ ਦਰਸ਼ਕ ਵੀਰਾਂ ਨੂੰ ਵੀ ਜ਼ਰੂਰ ਸਮਝਾ ਦਿਓ ਜੀ। ਦੇਖੋ ਮੋਨਕ ਜੀ, ਗੱਲ ਹੈਗੀ ਇੱਦਾਂ ਕਿ ਝਾੜ ਤਾਂ ਚਲੋ ਪਰਮਾਤਮਾ ਦੇਣਾ, ਸਭ ਤੋਂ ਪਹਿਲਾਂ ਸਾਨੂੰ ਮਿਹਨਤ ਕਰਨੀ ਪੈਣੀ ਹੈ ਜੀ। ਅਤੇ ਸਾਨੂੰ ਪਹਿਲਾਂ ਇੰਨਾ ਪਤਾ ਹੋਣਾ ਚਾਹੀਦਾ ਸਾਡੀ ਚੀਜ਼ ਨੂੰ ਖੁਰਾਕ ਕਿੰਨੀ ਚਾਹੀਦੀ ਹੈ, ਇਸਨੇ ਕਿੰਨੀ ਖਾਣੀ ਹੈ। ਠੀਕ ਹੈ। ਜਿਸ ਦੀ ਅਸੀਂ ਓਵਰ ਡੋਜ਼ ਪਾ ਦਾਂਗੇ ਤਾਂ ਉਹ ਵੀ ਨੁਕਸਾਨਦਾਇਕ ਕਰੂਗੀ, ਜੇ ਨਾ ਪਾਵਾਂਗੇ ਤਾਂ ਵੀ ਨੁਕਸਾਨਦਾਇਕ ਕਰੂਗੀ। ਮੈਂ ਤਾਂ ਆਪਣੇ ਕਿਸਾਨ ਵੀਰਾਂ ਨੂੰ ਇੱਕ ਗੱਲ ਕਹੂੰਗਾ ਕਿ ਸਾਰੇ ਜਾਣੇ ਆਪਾਂ ਆਪਣੇ ਜਿੱਦਾਂ ਕਿਸਾਨ ਵੀਰ ਆਪਣੀ ਜ਼ਮੀਨ ਦੀ ਜਿਹੜੀ ਟੈਸਟ, ਉਹਦੀ ਜਿਹੜੀ ਸੋਇਲ ਟੈਸਟ ਜ਼ਰੂਰ ਕਰਾਓ। ਮੈਂ ਆਪਣੀ ਜ਼ਮੀਨ ਦੀ ਟੈਸਟ ਕਰਾਈ ਹੈ ਅਤੇ ਹੁਣ ਜਿਹੜੀ ਮੇਰੀ ਜ਼ਮੀਨ ਦੀ ਘਾਟ ਆਈ ਹੈ ਮੈਂ ਉਹੀ ਚੀਜ਼ ਪੂਰੀ ਕਰੂੰਗਾ। ਠੀਕ ਹੈ ਜੀ। ਅਤੇ ਦੋਸਤੋ, ਇਹ ਸਨ ਸਾਡੇ ਨਾਲ ਸਾਬੀ ਦਾਤਾ ਜੀ। ਸਾਬੀ ਦਾਤਾ ਜੀ, ਸਾਡੇ ਦਰਸ਼ਕ ਵੀਰਾਂ ਨੂੰ ਕੋਈ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ?
ਦੇਖੋ ਵੀ ਆਉਣ ਵਾਲੀ ਜਿਹੜੇ ਕਿਸਾਨ ਵੀਰ ਆ ਤੁਹਾਡੇ ਵਾਂਗੂ ਟੈਕਨੀਕ ਅਪਣਾ ਕੇ ਜਿਹਦਾ ਸਾਡੇ ਪਾਣੀ ਦੀ ਵੀ ਬੱਚਤ ਹੋ ਸਕੇ। ਦੇਖੋ ਜੀ ਮੋਨਕ ਜੀ, ਮੈਂ ਸੁਝਾਅ ਤਾਂ ਕਿਸੇ ਨੂੰ ਕੀ ਦੇ ਸਕਦਾ ਹਾਂ, ਪਰ ਮੈਂ ਇੱਕ ਬੇਨਤੀ ਕਰ ਸਕਦਾ ਹਾਂ ਕਿ ਆਪਾਂ ਕੋਸ਼ਿਸ਼ ਕਰੀਏ ਕਿ ਪਾਣੀ ਤੁਸੀਂ ਸੋਚ ਕੇ ਦੇਖੋ ਕਿ ਪਾਣੀ ਸਾਡਾ ਧਰਤੀ ਦਾ ਕਾਫੀ ਥੱਲੇ ਜਾ ਚੁੱਕਾ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਨੁਕਸਾਨਦਾਇਕ ਹੋਊਗਾ, ਅਤੇ ਆਪਾਂ ਕੋਸ਼ਿਸ਼ ਕਰੀਏ ਕਿ ਕਿਸੇ ਵੀ ਤਰੀਕੇ ਨਾਲ ਆਪਾਂ ਖੇਤੀ ਨਾ ਉਸ ਤਰੀਕੇ ਦਾ ਕਰੀਏ ਜਿਸ ਨਾਲ ਸਾਡਾ ਵਾਤਾਵਰਨ ਵੀ ਬਚਿਆ ਜਾ ਸਕੇ, ਸਾਡਾ ਆਉਣ ਵਾਲਾ ਭਵਿੱਖ ਵੀ ਬਚਿਆ। ਠੀਕ ਹੈ ਜੀ, ਠੀਕ ਹੈ ਦੋਸਤੋ, ਇਹ ਸਨ ਸਾਡੇ ਨਾਲ ਸਾਬੀ ਦਾਤਾ ਜੀ। ਆਸ ਕਰਦੇ ਕਿ ਸਾਡੀਆਂ ਪਹਿਲੀਆਂ ਵੀਡੀਓ ਦੇ ਵਾਂਗੂ ਤੁਹਾਡੀ ਸਾਡੀ ਇਹ ਵੀਡੀਓ ਵੀ ਤੁਹਾਨੂੰ ਬਹੁਤ ਪਸੰਦ ਆਵੇਗੀ। ਸਾਡੀ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਸਾਡੀ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ। ਥੈਂਕ ਯੂ, ਧੰਨਵਾਦ ਸਾਬੀ ਜੀ, ਤੁਹਾਡਾ ਸਾਡੇ ਚੈਨਲ ਉੱਤੇ ਆਉਣ 'ਤੇ ਬਹੁਤ ਬਹੁਤ ਧੰਨਵਾਦ।